राहीम लखन करम नबी करीम रोफ़र रहीमसम परल पर मेरे काबिल इसमाम सजरों के वेडियो अज मैं एक बड़े काबिल इसमाम बुजुर्ग को बैठा हुआ उन्होंने न पुरानी गल्ला पूछने असलाकम जीकम बी जी की नाम अपने मेरा नाम खुर्शीद मोहम्मद बाल साहब का नाम मीजा बख्श दाद का पता मामदीन ਦਾ ਜਦ ਜਦਾਂ ਅੱਛਾ ਆਪਣੇ ਪਿੰਡ ਦਾ ਕੀ ਨਾਮ ਆ ਜਿਹੜਾ ਪਿੰਡ ਵਾ ਕੱਕੜ ਐਸ ਪਿੰਡ ਦਾ ਕੀ ਨਹੀਂ ਜਿਹੜਾ ਤੇ ਪਿੰਡ ਕੱਕੜ ਆ ਪਿਛਲੇ ਕੱਕੜ ਨਹੀਂ ਜਿਹੜੇ ਹੁਣ ਪਿੰਡ ਤੇ ਰਹਿੰਦੇ ਜੋ ਹੁਣ 45 ਨੰਬਰ ਕੱਕੜ ਅੱਛਾ ਇਹਦਾ ਕੋਈ ਪਿੰਡ ਘੱਕੜ ਵਾ ਹਾ ਇਹਦੇ ਲੱਗ ਲੱਗੇ ਕਿਹੜੇ ਕਿਹੜੇ ਪਿੰਡ ਨੇ ਸਖੀਦਾ ਕੁਹਾਈ ਅੱਛਾ ਕੁਲੀਆਂ ਸ਼ੀਜ਼ਲਾ 75 ਦਾ ਅੱਛਾ 45 ਜਿਹੜਾ ਉਹਨੂੰ ਤਰਨਤਾਰ ਨਾਂ ਦੇ ਲਗਾਇਆ ਸਖਤੇ ਸੀ 45 ਜਾਂਦੇ ਆ ਅੱਛਾ ਇਹ ਬਜ਼ੁਰਗੋ ਤੁਸੀਂ ਵਸੇਂਦੇ ਜੋ ਕਿ ਪਿਛੋ ਹੀ ਦਸਤਾਨ ਚੋਆਏ ਨਹੀਂ ਜੀ ਸਾਡਾ ਪਿੰਡ ਆ ਪਿਛਲੇ ਕੱਕੜ ਮਾਂਜਾ ਅੱਛਾ ਅਸੀਂ ਉੱਥੋਂ ਸੰਨ 72 ਦੇ ਵਿੱਚ ਆਇਆ ਅੱਛਾ ਆਪਣੀ ਬਰਾਦਰੀ ਕਿਹੜੀ ਆ ਅਸੀਂ ਬਰਾਦਰੀ ਤੇ ਆਪਣਾ ਪਿੰਡ ਕਿਹੜਾ ਕੱਕੜ ਪਿਛਲਾ ਪਿਛਲਾ ਕੱਕੜ ਸਾਦ ਨੂੰ ਛੋ ਆਏ ਕੱਕੜ ਤੇ ਉਹਦਾ ਤਸੀਰ ਕਿਹੜੀ ਸੀ ਤਸੀਲ ਉਹਦੀ ਜਿੰਝਾ ਤੇ ਜ਼ਿਲ੍ਹਾ ਪਾ ਅੰਬਸਾ ਦਾ ਅੱਛਾ ਉਹਦਾ ਪਿੰਡ ਕੱਕੜ ਸੀ ਪਿਛਲਾ ਹਾਂਜੀ ਉਹਦੇ ਉੱਥੇ ਲਾਗੇ ਲਾਗੇ ਪਿੰਡ ਕਿਹੜੇ ਪਤਾ ਵਾ ਹਾਂਜੀ ਦੱਸੋ लागे लागे, लागे, ला, लागे, सारंगडा, सारंगडा। लागे ए, दी ठाणा ਸਾਡਾ ਲੋਪੋ ਕੀ ਸੀ اچھا ਉਹਦੇ ਲਾਗੇ ਲਾਗੇ ਪਿੰਡ ਸੀ ਸਾਦنگੜਾ اچھا ਕਿਹੜਾ ਸਾਦنگੜਾ ਸਾਦنگੜਾ اچھا ਉਹਦੇ ਲਾਗੇ ਸੀ ਪਿੰਡ ਮੰਜ ਜਿੱਥੋਂ ਦਾ ਦਿੱਤਾ ਮੰਜ ਸੀ اچھا ਜਿਗਾਵਾ اچھا ਹਾਂਜੀ ਇਹ ਤੁਹਾਡੀ ਉਸ ਵੇਲੇ ਤਾਂ ਉਮਰ ਕਿੰਨੀ ਸੀ ਉਹ ਜਦੋਂ ਲੋਟੀ ਪਈ ਉਸ ਵੇਲੇ ਜੀ ਮੈਂ 10 ਸਾਲਾਂ ਦੇ ਉਹ ਆਪੜਿਆ ਸਾਹਿਬ ਮੈਨੂੰ ਹਰ ਗੱਲ ਦਾ ਪਤਾ ਜੋ ਕੋਈ ਸਾਜਣਾ ਹੋਇਆ ਜੋ ਕੋਈ ਸਾਜਣਾ ਉਹਨਾਂ ਨੇ ਵਸਿਆ ਅੱਛਾ ਤੇ ਜਿੱਥੇ ਅਸੀਂ ਮੰਨਾਂ ਦੇ ਵਿੱਚ ਅੱਛਾ 75-80 ਪਿੰਡ ਇਕੱਠੇ ਹੋਏ ਸੋ ਅੱਛਾ ਜਦੋਂ ਰੋਟੀ ਪਈ ਆ ਜਦੋਂ ਰੋਟੀ ਪਈ ਆ Eid ਵਾਹ ਦੇਨ ਅੱਛਾ ਨਿੱਕੀ ਵਾਹ ਦੇ ਅੱਛਾ ਅਸੀਂ ਜਨਾਬ ਉੱਠ ਕੇ ਸਾਡੇ ਸ਼ਾਹ ਸਾਹਿਬ ਤੁਰੀਆ ਬਾਬਾ ਮੁਹੰਮਦ ਤਕੀ ਸ਼ਾਹ ਅੱਛਾ ਉਹਨਾਂ ਆਖਿਆ ਬਈ ਸਾਜਾ ਆਖੀ Eid ਪਾਲਨੀਆ ਮੰਨਾਂ ਚ ਅੱਛਾ ਉਹ ਚੱਕ ਸੀ ਮੁਸਲਮਾਨਾਂ ਦਾ ਠੀਕ ਹੈ ਉਹਦੇ ਸਿੱਖ ਕੋਈ ਨਹੀਂ ਸੀ ਠੀਕ ਆ ਉੱਥੇ ਫਿਰ ਸਿੱਖ ਆ ਗਏ ਬਾਬਾ ਗਰਦੇਸੋਂ ਅੱਛਾ ਸੇਖਾ ਅੱਛਾ ਬਸੰਤਾ ਅੱਛਾ ਪਾਰਸੀਓਂ ਅੱਛਾ ਕਮਰਿਆਂ ਦਾ ਪਾਰਸੀਓਂ ਅੱਛਾ ਉਹਨਾਂ ਆ ਕੇ ਪੀਜ਼ਾ ਦੀ ਕੀਤੀ ਮੈਨੂੰ ਤਾਂ ਅੱਛਾ ਪੀਸ ਜੀ ਤੁਹਾਡੇ ਵੱਡੇ ਵੀ ਇੱਥੇ ਆ ਅੱਛਾ ਬਾਬਾ ਦੀ ਇਨਸ਼ਾ ਵਾਲੀ ਠੀਕ ਆ ਤੇ ਅਸਾਂ ਤੁਹਾਨੂੰ ਨਮਾਜ਼ ਇੱਥੇ ਪੜ ਕੇ ਜਾਂਦੇ ਉਹਨਾਂ ਸੇਖ ਰਿਆਕ ਯਾਨੀ ਸਿਖਾਂ ਜਿੰਨਾਂ ਦਾ ਨਾਮ ਲਿਆ ਉਹਨਾਂ ਨੇ ਆਖਿਆ ਅੱਛਾ ਫੇਜੀ ਪੀਰ ਸਾਡਿਆਂ ਨੇ ਕਮਲਸਤਾਨ ਦੇ ਵਿੱਚ ਅੱਛਾ ਨਮਾਜ਼ ਪੰਜਾਬ ਤੋਂ ਖੜਕਾਤੀ ਨਾਬਤ ਅੱਛਾ ਉਦੋਂ ਸਪੀਕਰ ਹੈ ਨਹੀਂ ਸੀ ਠੀਕ ਹੈ ਨਾਬਤ ਨਾਬਤ ਖੜਕਾਤੀ ਵੀ ਕਮਲਸਤਾਨ ਦੇ ਵਿੱਚ ਜਿੱਥੇ ਅਸੀਂ ਆਪਾਂ ਈਦ ਪੜ੍ਹਦੇ ਹਾਂ ਉੱਥੇ ਪੜ੍ਹਨੀ ਆ ਅੱਛਾ ਤੇ ਸਾਨੂੰ ਭਰਉਣੀਆ ਸਜ਼ਾਰਾ ਨੇ ਸਾਡੀ ਰਾਖੀ ਕਰਕੇ ਅੱਛਾ ਇਹ ਫੇਜੀ ਅਸੀਂ ਉੱਥੇ ਚਲੇ ਗਏ ਅੱਛਾ ਅਸੀਂ ਉਦੋਂ ਦੇ ਨਿਆਣੇ ਹਾਂ ਤੇ ਬਾਕੀ ਆ ਵੀ ਸਾਧਿਆ ਮੁਸਲਮਾਨਾਂ ਨੂੰ ਠੀਜ ਪੜੀ ਅੱਛਾ ਸਿੱਖ ਬਾਅਦ ਜਾ ਕੇ ਨਾ ਤੇ ਸਾਡੇ ਸ਼ਫੇਰੇ ਬਹਿ ਗਏ ਅੱਛਾ ਉਹਨਾਂ ਪੀਰਾਂ ਨੂੰ ਇਹ ਆਖਿਆ ਪੀਰ ਜੀ ਅੱਗੇ ਨਾਓ ਤੁਸੀਂ 10 ਮਿੰਟ ਵੱਧ ਲਾਉਨੇ ਆ ਅੱਛਾ ਉਹ ਸਿੱਖ ਜਿਹੜੇ ਆ ਉਹ ਤੁਹਾਡੇ ਸ਼ਫੇਰੇ ਬਹਿ ਗਏ ਇਹਨਾਂ ਨੂੰ ਕਹੇ ਕੋਈ ਨਾ ਕੋਈ ਕਹੇ ਕੋਈ ਨਾ ਅੱਛਾ ਅੱਛਾ ਬੜੀ ਗੱਲ ਆ ਸਾਡਾ ਨਾ ਸ਼ਫੇਰਾ ਮੱਲਿਆ 10 ਆ 12 ਨੇ ਅੱਛਾ ਕੀ ਉਹਨਾਂ ਦਾ ਨਾਂ ਅਸੀਂ ਪਤਾ ਕੋਈ ਇੱਕ ਗਰਦੇਸੋਂ ਦਾ ਮਰਦਾਰ ਅੱਛਾ ਇੱਕ ਪਾਸਿਓਂ ਅੱਛਾ ਇੱਕ ਹਾਗਾ ਹੀ ਪਾਰ ਜੋਂ ਅੱਛਾ ਤੇ ਬਸੰਤਾ ਸਿਓ ਅੱਛਾ ਸੇਖੋ ਯੋ ਹੋਲ ਸਿਓ ਨੋ ਨਾਂ ਨੀ ਮਨ ਯਾਦ ਦਾ ਤਾਂ ਠੀਕ ਹੋਣਾ ਤੇ ਫੇਰਾ ਮਾਲ ਦਾ ਜਿਆਦਾ ਸਖਸੀ ਜੀ ਅੱਛਾ ਉਹਨਾਂ ਫੇਰਾ ਮਾਲ ਲਿਆ ਉਹਨਾਂ ਸ਼ਫੇਰਾ ਮਾਲ ਲਿਆ ਤੇ ਤੁਸੀਂ ਜੁਮਾ ਤੁਸੀਂ Eid ਪੜੋ Eid ਨੀ ਕੀ ਪੜੀ ਅੱਛਾ ਪੜ ਕੇ ਤੇ ਅਸੀਂ ਤੇ ਬੱਚੇ ਸਾਂ ਅੱਛਾ ਆਹੀ ਵੀ ਨਾਲ ਹੀ ਚਲੇ ਗਏ ਅੱਛਾ ਅਸੀਂ ਨਾਲ ਜਾ ਕੇ ਜਿਸ ਪੀਰ ਨੇ ਖੁਤਬਾ ਕੀਤਾ ਸਭ ਕੁਝ ਕੀਤਾ ਅੱਛਾ ਫੇਰ ਉਹ ਜਿਹੜਾ ਉਥੋਂ ਦਾ ਨੰਬਰਦਾਰ ਸੀ ਬਾਬਾ ਗਰਦੇਸੋਂ ਅੱਛਾ ਉਹਨੇ ਆਖਿਆ ਪੀਰ ਜੀ ਹੋਰ 10 ਮਿੰਟ ਲਾਓ ਅੱਛਾ ਇਹ ਪੀਦਾ ਸਾਜਾਂ ਨੇ ਫਿਰ ਆਪਣੀ ਤਲਾਬਤ ਲੋ ਜਿਹੜੀ ਰਕਮ ਨਹੀਂ ਲੱਗੀ ਤੀ ਅੱਛਾ ਫਿਰ ਜਦੋਂ ਅਸੀਂ ਨਿਕਲੇ ਆ ਪਿੰਡੋਂ ਠੀਕ ਆ ਸਾਡਾ ਕੋਈ ਨੁਕਸਾਨ ਨਹੀਂ ਠੀਕ ਆ ਕਿਸੇ ਦੀ ਬਿਲਕੁਲ ਉਂਗਲ ਨਹੀਂ ਲੱਗੀ ਅੱਛਾ ਤੁਸੀਂ ਉੱਥੋਂ ਅਸੀਂ ਉੱਥੋਂ ਤੁਰ ਪਏ ਮਾਨਿਸਾ ਤੋਂ ਅਗਾ ਸੀ 30 ਮਦਬੇ ਅੱਛਾ 3 ਮਦਬੇ ਹੀ ਸਾਡਾ ਮੰਜ ਤੇ ਕਕਰ ਅੱਛਾ ਉਹ ਦਿੱਤੇ ਮਾਈ ਦਾ ਪਿੰਡ ਸੀ ਉਹ ਹੀ ਪਿੰਡ ਮੁਸਲਮਾਨਾਂ ਦਾ ਮੁਸਲਮਾਨ ਫਿਰ ਉੱਥੇ ਹੋ ਜੀ 75 80 ਪਿੰਡ ਅੱਛਾ ਜਿਹੜੇ ਮੁਸਲਮਾਨਾਂ ਦੇ ਇਕੱਠੇ ਹੋ ਗਏ ਅੱਛਾ ਵੀ ਦਿੱਤੇ ਮਾਂਜਨੇਗਾ ਲਾਖੀ ਭਾਈ ਭੈਣਾਂ ਭਰਾਵਾਂ ਪੜਾਉਣੇ ਬਹੁਤ ਆ ਗਾਇਆ ਅੱਛਾ ਕਾਂਖਾ ਬਹੁਤ ਪਈ ਆ ਚੌਲ ਬਹੁਤ ਪਏ ਆ ਢੱਗੇ ਆ ਬੱਕਰੇ ਆ ਛੱਤੇ ਆ ਕੱਤੇ ਆ ਬੱਚੇ ਆ ਜੋ ਮਰਜ਼ੀ ਖਾਓ ਆਪੋ ਆਪਣਾ ਥੋੜਾ ਜੋ ਮਰਜ਼ੀ ਖਾਓ ਹਾਂ ਕੀ ਹੋ ਪਏ ਨੇ ਦੁਕਾਨਾਂ 'ਚ ਤੇ ਆਪ ਨਹੀਂ ਮੱਜ਼ੀਨਾ ਖਾਓ ਮੈਂ ਇਹਨਾਂ ਭਾਵਾਂ ਨੂੰ ਇਕੱਲਾ ਪਕਾ ਕੇ ਨਹੀਂ ਸਕਦੇ ਆ। ਆਪੇ ਪਕਾਓ ਤੇ ਆਪੇ ਖਾਓ। ਅੱਛਾ। ਅਸੀਂ ਉੱਥੋਂ ਤੋਂ ਜਾਏ 2 ਵਜੇ ਤੱਕ ਆਏ ਜੀ। ਅੱਛਾ। ਕੀ ਸੀ ਜਿਵੇਂ ਸਵੇਰ ਦੀ ਨਮਾਜ਼ ਪੜੀ ਆ। ਅੱਛਾ। ਦਿੱਤੇ ਮੰਜ ਨੇ ਆਖਿਆ ਜੀ ਭਾਵਾਂ ਭਰਾ ਜਿਹੜੇ ਨੇ ਸਾਡੇ ਚੱਕ ਮੁਸਲਮਾਨਾਂ ਦੇ। ਅੱਛਾ। ਮੈਨੂੰ ਸ਼ਾਕਿਆ ਪੀ ਰਿਹਾ ਕੋਈ ਨਹੀਂ ਸਾਡੇ ਆ ਗਿਆ। ਅੱਛਾ। ਆਪਾਂ ਸਵੇਰੇ 2 ਵਜੇ ਤੋਂ ਰਵਾਨਾ ਹੋ ਜਾਵਾਂ। ਅੱਛਾ। ਤੁਸੀਂ ਜੋ ਵੀ ਖਾਣਾ ਜੋ ਤੁਹਾਡਾ ਦਿਲ ਚਾਵੇ ਹੱਥ ਸ਼ਾਇਦ ਤੁਹਾਡੇ ਕੋਲ ਆ ਠੀਕ ਹੈ ਜੋ ਦਿਲ ਚਾਵੇ ਖਾਓ ਤੇ ਆਪਾਂ 2 ਵਜੇ ਰਵਾਨਾ ਹੋ ਜਾਣਾ ਹੈ ਅੱਛਾ 2 ਵਜੇ ਜੀ ਅਸੀਂ ਰਵਾਨਾ ਹੋਗਾ ਅੱਛਾ ਇੱਕ ਫਿਰ ਦਿੱਤੇ ਮੰਜ ਨੇ ਸੱਜਿਆ ਨੂਰੀ ਨਾਤੋ ਦੀ ਫਿਲਮ ਵੀ ਬੰਦੀ ਆ ਅੱਛਾ ਲੋ ਜ਼ਿਲਾ ਕਿ ਰਾਹੀ ਅੱਛਾ ਉਹਨੂੰ ਸੱਜਿਆ ਉਹ ਦੇਖੋ ਬੱਗੇ ਰੰਗ ਦੀ ਘੋੜੀ ਆ ਅੱਛਾ ਦਿੱਤੇ ਮੰਜ ਦੇ ਕੋਲ ਆ ਲਾਲ ਘੋੜੀ ਅੱਛਾ ਇਹ ਕਿ ਸਾਡੇ ਪਿੰਡ ਦਾ ਡੋਗਲ ਸੀ ਜਿੱਤੇ ਮਾਇਨਾ ਯਾਰ ਭਦਾ ਹਾਂ ਹਾਂ ਉਹ ਲੇਖੋ ਘੋੜੀਆਂ ਦੱਬੀ ਅੱਛਾ ਇਹਨਾਂ ਤਿੰਨਾਂ ਨੇ ਕਦੀ ਘੋੜੀਆਂ ਅੱਗੇ ਤੇ ਕਦੀ ਪਿੱਛੇ ਤੇ ਕਦੀ ਪਿੱਛੇ ਤੇ ਕਦੀ ਅੱਗੇ ਉਹ 7500 ਪਿੰਡਾਂ ਦਾ ਕਾਫਲਾ ਵੇਖ ਲਓ ਕਿੰਨਾ ਕੋ ਹੁੰਦਾ ਇਹ ਟੋਪ ਸੀ ਮੋਦ ਪਿੰਡ ਅੱਛਾ ਉਥੋਂ ਦਾ ਹੀ ਜੈਲ ਦਾ ਬਾਦਾ ਚਕਾ ਦਾ ਮਾਲਕ ਮੋਗ ਸਿੰਘ ਪਿੰਡ ਸੀ ਮੋਦ 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 ਸਿੰਘਾ ਮੋਦ ਸਿੰਘ ਨਹੀਂ ਨਰੇ ਮੋਦ ਨਰੇ ਮੋਦ ਹਾਂਜੀ ਤੂੰ ਉਸ ਦਾ ਜ਼ੈਲਦਾਰ ਸੀ ਜੈਲ ਸਾਹਿਬ ਦਾ ਸੀ ਬਾਦਾਂ ਚੱਕਾ ਦਾ ਉਹਦਾ ਕੀ ਨਾਮ ਪਤਾ ਕੋਈ ਸਰਦਾਰ ਮੁਸਲਮਾਨ ਸੀ ਅੱਛਾ ਸਰਦਾਰ ਸਰਦਾਰ ਮੁਹੰਮਦ ਅੱਛਾ ਉਹਨੇ ਗੱਡੇ ਦੇ ਉੱਤੇ ਰੱਖੀ ਸੀ ਤੋਬਾ ਅੱਛਾ ਇਹ ਦਿੱਤਾ ਤੇ ਮਾਂਜ ਜਿਹੜਾ ਦਿੱਤਾ ਮਾਂਜ ਤੇ ਡੋਗਰ ਇਲਮ ਦੀਨ ਤੇ ਇਹ ਨੂਰੀ ਨਾਤ ਅੱਛਾ ਜਿੰਨਾ ਚਿਰ ਜੈਲਦਾਰ ਅਸੀਂ ਆਖਿਆ ਗਵਾਣਾ ਛੱਡਦੀ ਅੱਛਾ ਜਿੰਨਾ ਚਾਹਦਾ ਸੀ ਆਖਿਆ ਗੋਆ ਦਾ ਛੱਡੀ ਸਿੱਖ ਜੋ ਮਰਜੀ ਅੱਗੇ ਕਰਨ ਜਿੰਨਾ ਤੇ ਤੈਨੂੰ ਆਖਿਆ ਨਹੀਂ ਨਹੀਂ ਆਂਦੇ ਗੋਆ ਦਾ ਛੱਡੀ ਦਿੱਤੇ ਨੇ ਆਖਿਆ ਮਾਦੀ ਉਮਰ ਕੱਕਰਾ ਨਹੀਂ ਕੱਢੀ ਆ ਅੱਛਾ ਖਾਲਸਾ ਜੀ ਅੱਗੇ ਆਗਾ ਸਿੱਖ ਅੱਛਾ ਮੁੰਡੇ ਸਿੱਖਾਂ ਜੀ ਅੱਛਾ ਉਹਨਾਂ ਨੇ ਲਾਲ ਲੀਡੇ ਜਿਹੜੇ ਢੰਗ ਦਿੱਤੇ ਅੱਛਾ ਦਿੱਤੇ ਉਹਨਾਂ ਆਖਿਆ ਬੁੰਡ ਖਾ ਕੇ ਨਾ ਜਾ ਅੱਛਾ ਦਿੱਤੇ ਨੇ ਤੇ ਨੂਰੀ ਨੱਤ ਨੇ ਕਿ ਇਲਮੇ ਨੇ ਘੋੜੀਆਂ ਚਲਾਤੀਆਂ ਅੱਛਾ ਭਈ ਮੁਸਲਮਾਨ ਜਿਹੜਾ ਜਿਹੜੇ ਪਾਇ ਤੇ ਖਲੋਤਾ ਇੱਥੇ ਖਲੋ ਜਾ ਠੀਕ ਲਗਾ ਸਿਆਆਂ ਜਾਂ ਮੰਜਿਆ ਨੂੰ ਪਿੰਡ ਅੱਛਾ ਉਹ ਫੇ ਭੱਜੇ ਹਾਂ ਆਏ ਤੇ ਉਹ ਚਿੱਕੀਆਂ ਪੱਗਾਂ ਪਾਈਆਂ ਲੀਲੇ ਚਿੱਤੇ ਉਹ ਦਿੱਤਿਆ ਚੱਲ ਦਿੱਤਿਆ ਚੱਲ ਦਿੱਤਿਆ ਚੱਲ ਦਿੱਤਿਆ ਚੱਲ ਸਾਡਾ ਤੂੰ ਭਾ ਚੱਲ ਅੱਛਾ ਇਹ ਉਹ ਜਲਦੋਂ ਆਖੀ ਗਾਇਆ ਵੀ ਗੋਆ ਨਾ ਸੁੱਤੀ ਹਾਂ ਭਾਵੇਂ ਅਸੀਂ ਮਦਵੀ ਜਾਈਆ ਸਾਸ ਪਿੰਡ ਦੇ ਵਿੱਚ ਉਮਦ ਕੱਢੀ ਆ ਹਾਂ ਫਿਲਕਾ ਨੇ ਮੈਨੂੰ ਪਿੰਡੋਂ ਕੱਢਿਆ ਜਿੱਤੇ ਮੰਜ ਨੇ ਆਖਿਆ ਮੈਂ ਕੱਕਲਾ ਚੋਂ ਦੇ ਜਖਾਦਾ ਫਿਰ ਅਸੀਂ ਆ ਗਏ ਜੀ ਇਚੋਗੇ ਇਚੋ ਪਿੰਡ ਇਚੋ ਗਿੱਲ ਪਿੰਡ ਸੀ ਅੱਛਾ ਸਾਥੋਂ ਦੋ ਮੀ ਕੀਥਿਓ ਪੈਦਾ ਅੱਛਾ ਫਿਰ ਉੱਥੇ ਆ ਗਏ ਉੱਥੇ ਰਾਤ ਪਈ ਫਿਰ ਬਾਦਸ਼ ਅੱਛਾ ਦਿੱਤੇ ਮੰਜ ਨੇ ਆਖਿਆ ਮੈਂ ਜਾਣਾ ਤਤਲੀ ਜਿਲਾ ਕੋਈ ਦਾ ਜਿੰਨੇ ਮੇਰੇ ਨਾਲ ਜਾਉਣਾ ਮੇਰੇ ਨਾਲ ਚਲੇ ਜਾਓ ਅੱਛਾ ਖਿਆਲ ਸਾਹਿਬ ਨੇ ਆਖਿਆ ਵੀ ਅਸੀਂ ਜਾਣਾ ਆਪਣੇ ਪਿੰਡ ਅੱਛਾ ਪੀਰ ਮੁਹੰਮਦ ਤਕੀ ਨੇ ਅੱਛਾ ਇਹ ਫਿਰ ਅਸੀਂ ਇੱਥੇ ਆ ਗਏ ਇਹ ਕਕੜਾਂ ਚ ਹਾਂਜੀ ਅੱਛਾ ਇਹ ਫਿਰ ਡੋਗ ਦਾ ਨੇ ਜਿਹੜੀ ساری ਉਮਰ ਕਮਾਈ ਕੀਤੀ ਸੀ ਨਾ ਇਲਮਦੀਨ ਨੇ ਕਿ ਉਹਦਾ ਮੁੰਡਾ ਜਲਾਲ ਤੇ ਇੱਕ ਉਹਦਾ ਭਰਾ ਲਾਲਦੀਨ ਅੱਛਾ ਤੁਸੀਂ ਇਹਦਾ ਮਤਲਬ ਹੈ ਵੀ ਉੱਥੋਂ ਖੈਰ ਸੁਖ ਨਹੀਂ ਇੱਥੇ ਆ ਖੈਰ ਸੁਖ ਨਹੀਂ ਆਪਾਂ ਕਕੜਾਂ ਦੇ ਵਿੱਚ ਸਾਡਾ ਵਾਲ ਨਹੀਂ ਵੰਗਾ ਮਤਲਬ ਸਾਰੇ ਤੁਸੀਂ ਖਿਆਲ ਸੁਖਨਾਈ ਥਿਆ ਬਿਲਕੁਲ ਸਾਡਾ ਵਾਅ ਲੰਗਾਲੀਆ ਅੱਛਾ ਤੁਸੀਂ ਇਹ ਦੱਸੋ ਹਾਂ ਵੀ ਉੱਥੇ ਜੇ ਤੁਸੀਂ ਰਿਦੇ ਹੁੰਦੇ ਸੋ ਆਪਣੇ ਪਿੰਡ ਕਕੜਾਂ ਦੇ ਪਿੱਛੇ ਹਾਂਜੀ ਤੇ ਉੱਥੇ ਕੋਈ ਤੁਹਾਡੇ ਸਿੱਖ ਸੁਖ ਵਾਕਬ ਹੋਣੇ ਆ ਸਿੱਖ ਬਹੁਤ ਲੈਣਦੇ ਉਹਨਾਂ ਦਾ ਨਾਮ ਬਹੁਤ 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 ਹੈ ਸੀ ਹੈ ਗਈ ਸੀ ਕੀ ਨਾਮ ਹੈ ਉਹਨਾਂ ਦੇ ਉਹਨਾਂ ਦਾ ਵੱਡਿਆ ਕੋਈ ਤੁਹਾਡੇ ਕੋ ਜਾਣਦੇ ਹਾਂ ਮੈਂ ਤੁਹਾਨੂੰ ਜਿਹੜਾ ਦੱਸ ਦਿੰਨਾ ਹਾਂ ਹਾਂ 30000 30 ਦਾ ਫਸਾ ਮਸਲੇ ਥੀ ਅੱਛਾ ਸਾਧੂ ਸੀ ਸਾਧੂ ਸਿੰਘ ਆ ਉਹ ਵਾਜਦੇ ਸਾਧੂ ਸਵਾਏ ਕੱਕੜ ਉਹ ਉਹ ਤੁਹਾਡੇ ਪਿੰਡ ਦਾ ਸੀ ਪਿੰਡ ਦਾ ਸੀ ਤੇ ਉਹ ਉਹਨੂੰ ਟਿੱਕਾ ਵੀ ਆਂਦੇ ਸੀ ਟਿੱਕਾ ਵੀ ਆਂਦੇ ਸੀ ਤੇ ਉਹਦਾ ਉਹਦੇ ਨਾਂ ਤੇ ਕੱਕੜ ਵਜਦੇ ਸੀ ਸਾਧੂ ਸਵਾਏ ਕੱਕੜ ਅੱਛਾ ਸਾਧੂ ਸਵਾਏ ਕੱਕੜ ਹਾਂਜੀ ਅੱਛਾ ਬੜੀ ਗੱਲ ਫਿਰ ਜੀ ਉਹ ਕਮਰੇ ਸੀ ਉਹਨਾਂ ਦੇ ਨਾਂ ਹੀ ਭੁੱਲ ਗਾਇਆ ਹਾਂ ਉਹਨਾਂ ਦਾ ਜੋਲ ਸੀ ਸਹੀ ਹੈ ਮੁਸਲਮਾਨਾਂ ਨੂੰ ਉਹਨਾਂ ਨੇ ਉਹ ਹੀ ਨਹੀਂ ਆਕਿਆ ਬਹੁਤ ਚੰਗੇ ਰਹੇ ਫਿਰ ਤੁਹਾਡੇ ਨਾਲੋਂ ਮੁਸਲਮਾਨ ਬਹੁਤ ਪਹਾੜਾ ਗਰੁੱਪ ਸੀ ਉਹ ਕਮਲੇ ਅੱਛਾ ਬਹੁਤਾ ਪਾਦਾ ਸੀ ਅੱਛਾ ਉਹਨਾਂ ਅਗੇ ਸੇਖ ਕੋਈ ਸਾਹ ਨਹੀਂ ਸੀ ਲੈਂਦਾ ਅੱਛਾ ਤੇ ਉਹ ਫੇ ਸਾਨੂੰ ਛੱਡ ਕੇ ਗਏ ਇਹ ਉਹਨਾਂ ਸਾਨੂੰ ਬਾਡਲ ਪਾਸ ਕਰ ਦਿੱਤਾ ਬੜੀ ਗੱਲ ਉਹਨਾਂ ਦੀ ਕਮਲੇ ਉਹਨਾਂ ਨੂੰ ਆਂਦੇ ਸੀ ਕਮਲੇ ਆਂਦੇ ਸੀ ਤੇ ਹਾਂ ਉਹ ਸਾਧੂ ਕਹੇ ਸੀ ਨਹੀਂ ਉਹ ਸਾਧੂ ਕੇ ਵੱਖਰੇ ਸੀ ਅੱਛਾ ਕਮਲੇ ਵੱਖਰੇ ਸੀ ਕਮਲੇ ਵੱਖਰੇ ਸੀ ਇੱਥੇ ਉਹਨਾਂ ਨੂੰ ਆ ਕੇ ਮਰਬਾ ਸੀ ਰਾਣਾ ਸ਼ੌਕੀ ਕਕਰਾਂ ਦਾ ਰਿਪੂਤ ਉਹਦੇ ਕੋਲ ਆ ਅੱਛਾ ਉਹ ਉਹਨਾਂ ਦਾ ਮਤਲਬ ਆ ਉਹਨਾਂ ਦਾ ਮਤਲਬ ਜਿਹੜਾ ਨਾ ਕਮਰਿਆਂ ਦਾ ਉਹ ਆ ਚਲੋ ਜੀ ਫਿਰ ਤੁਸੀਂ ਤੇ ਬੜੇ ਖੈਰ ਖਰੀਦਣਾ ਆਗੇ ਬੜਾ ਦਾਦਾਂ ਨੂੰ ਖੈਰ ਦਾ ਲੈਣ ਹਾਂਜੀ ਅੱਛਾ ਅੱਛਾ ਸਲਾਮ ਅਲੈਕੁਮ ਵਾ